without it get instant video solutions to all your maths physics chemistry and biology doubts just click the image of the question crop the question and get instant video solution download doubt and app today ha ji sada question ditta gaya write the real and imaginary part of the complex number ek complex number ditta gaya hai da real te imaginary part sanno find out karna hai dekho ji sab to pehla main tuhada das dena koi bhi complex number nu apan is form ch likhde hain a plus iota b ਜਿਹਦੇ ਵਿੱਚ ਦੋ ਪਾਰਟ ਹੁੰਦੇ ਆ ਇੱਕ ਰੀਅਲ ਪਾਰਟ ਹੁੰਦਾ ਹੈ ਰੀਅਲ ਪਾਰਟ ਏ ਇਹ ਰੀਅਲ ਪਾਰਟ ਹੈ ਸਾਡਾ ਤਾਂ ਇਮੈਜਿਨਰੀ ਪਾਰਟ ਜਿਹੜਾ ਆਇਓਟਾ ਦੇ ਨਾਲ ਲੱਗਾ ਹੈ ਜਾਨੀ ਕਿ ਆਈ ਦੇ ਨਾਲ ਲੱਗਾ ਹੈ ਇਹ ਸਾਡਾ ਇਮੈਜਿਨਰੀ ਪਾਰਟ ਹੈ ਠੀਕ ਹੈ ਤਾਂ ਜੇ ਕੋਈ ਸਾਡੇ ਤੋਂ ਪੁੱਛਦਾ ਹੈ ਕਿ ਇਹਦੇ ਵਿੱਚ ਰੀਅਲ ਪਾਰਟ ਤੇ ਇਮੈਜਿਨਰੀ ਪਾਰਟ ਨੂੰ ਸੈਪਰੇਟ ਕਰਕੇ ਦੱਸੋ ਤਾਂ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਹੋਏਗਾ ਪਹਿਲਾਂ ਇਹਨੂੰ ਪ੍ਰੋਪਰ ਫਾਰਮ ਚ ਲੈ ਕੇ ਆਉਣਾ ਹੈ a iota b ਦੀ ਫਾਰਮ ਚ ਠੀਕ ਹੈ ਜੀ ਧਿਆਨ ਰੱਖਿਓ a ਤਾਂ ਵੀ ਦੋਨੋਂ ਹੀ ਸਾਡੇ ਕੀ ਹੈ ਰੀਅਲ ਨੰਬਰ ਹੈ a ਤਾਂ ਵੀ ਦੋਨੋਂ ਹੀ ਰੀਅਲ ਨੰਬਰ ਚ ਬਿਲੋਂਗ ਕਰਦੇ ਆਂ ਠੀਕ ਹੈ ਜੀ ਹੁਣ ਅੰਡਰ ਰੂਟ 37 ਦੇਖੋ ਜੀ ਇੱਕ ਪਰਫੈਕਟ ਸਕੁਆਇਰ ਤਾਂ ਹੈ ਨਹੀਂ ਇਹਨੂੰ ਆਪਾਂ ਉਦਾਂ ਹੀ ਲਿਖ ਸਕਦੇ ਹਾਂ ਜਾਨਕੀ ਅੰਡਰ ਰੂਟ 37 ਨੂੰ ਆਪਾਂ ਉਦਾਂ ਹੀ ਲਿਖ ਲਿਆ ਇੱਕ ਗੱਲ ਹੋਰ ਇੰਪੋਰਟੈਂਟ ਹੈ ਜਿਹੜਾ ਆਇਓਟਾ ਹੈ ਇਹਦੀ ਵੈਲਿਊ ਹੁੰਦੀ ਹੈ ਅੰਡਰ ਰੂਟ ਮਾਈਨਸ 1 ਠੀਕ ਹੈ ਜੀ ਹੁਣ ਇਹਦਾ ਯੂਜ਼ ਕਰਾਂਗੇ ਪਲੱਸ ਅੰਡਰ ਰੂਟ ਮਾਈਨਸ 19 ਲਿਖ ਲਿਆ ਠੀਕ ਹੈ ਜੀ ਹੁਣ ਇਹਨੂੰ ਮੈਂ ਥੋੜਾ ਚੇਂਜ ਕਰੂੰਗਾ ਦੇਖੋ ਜੀ ਇਹ ਆਏਗਾ ਅੰਡਰ ਰੂਟ 37 ਪਲੱਸ ਅੰਡਰ ਰੂਟ 19 ਮਾਈਨਸ 19 ਨੂੰ ਲਿਖ ਸਕਦਾ ਹੈ ਮਾਈਨਸ 1 ਇੰਟੂ ਅੰਡ ਫਿਰ ਅੰਡਰਰੂਟ ਮਾਈਨਸ 1 ਦੀ ਜਗ੍ਹਾ ਤੇ ਮੈਂ ਪੁੱਟ ਕਰ ਦੂੰਗਾ ਐਯੋਟਾ ਇਹ ਆ ਜਾਏਗਾ ਅੰਡਰਰੂਟ 37 ਪਲੱਸ ਅੰਡਰਰੂਟ 19 ਐਯੋਟਾ ਠੀਕ ਹੈ ਜੀ ਹੁਣ ਇਹਦੇ ਚ ਇੱਕ ਰੀਅਲ ਪਾਰਟ ਆ ਗਿਆ ਕਿ ਇਮੈਜਨਰੀ ਪਾਰਟ ਆ ਗਿਆ ਜਾਨੀ ਕਿ ਹੁਣ ਆਪਾਂ ਇਥੋਂ ਕੰਪੈਰੀਜ਼ਨ ਕਰਕੇ ਦੇਖਾਂਗੇ a ਪਲੱਸ ਐਯੋਟਾ b ਦੇ ਨਾਲ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਇਹਦੇ ਚ ਰੀਅਲ ਪਾਰਟ ਕਿਹੜਾ ਹੈ ਤੇ ਇਮੈਜਨਰੀ ਪਾਰਟ ਕਿਹੜਾ ਹੈ ਜਾਨੀ ਕਿ ਰੀਅਲ ਪਾਰਟ ਆ ਗਿਆ ਸਾਡਾ a ਦੀ ਵੈਲਿਊ ਰੀਅਲ ਪਾਰਟ ਅੰਡਰਰੂਟ 37 ਤੇ ਇਮੈਜਨਰੀ ਪਾਰਟ ਪੂਰਾ ਲਿਖਾਂਗੇ ਐਯੋਟਾ ਦੇ ਨਾਲ